ਭੈਣੀ ਹਲਾ ਛੱਡਣੀ। ਤੇ ਤੂੰ ਚੱਲ ਹੱਟੀ ਤੇ ਮੇਰੇ ਨਾਲ। ਮੈਂ ਨਹੀਂ ਜਾਣਾ ਹੱਟੀ ਤੇ। ਕਿਉਂ? ਚੱਲ ਕੰਮ ਕੱਢ, ਮੈਂ ਨਹੀਂ ਜਾਣਾ ਹੱਟੀ ਤੇ। ਵਜ੍ਹਾ? ਵਜ੍ਹਾ ਕੀ ਹੈ? ਮੈਂ ਤੇਰੇ ਨਾਲ ਜਾਂਦਾ ਚੰਗਾ ਨਹੀਂ ਲੱਗਦਾ, ਮਹੱਲੇਦਾਰ 'ਚ ਬਾਹਰ ਨਿਕਲਣਾ, ਲੋਕ ਗੱਲਾਂ ਕੱਢਦੇ ਨੇ, ਤੇਰੀ ਵਜ੍ਹਾ ਤਾਂ ਮੈਨੂੰ ਸ਼ਰਮਿੰਦਗੀ ਹੁੰਦੀ। ਮੈਂ ਅੱਗੋਂ ਇਲੈਕਸ਼ਨ ਲੜਨਾ। ਤੇਰੀ ਸਜ਼ਾ ਕਰਨੇ ਆ ਮਾਫ਼। ਆ ਕੰਨਾਂ 'ਚ ਸੋਨਾ ਯੂਰੀਆ ਪਾ, ਵਾਲ ਉੱਗਣਗੇ। ਆਪ ਉਹਦਾ ਸਿਰ ਚੱਟੀਆ ਵਾਲ ਆ ਜਾਣਗੇ। ਤੁਸੀਂ ਆਰਾਮ ਕਰੋ, ਵੀਡੀਓ ਗੇਮ ਦੇ ਹੀਰੋ। ਸਾਨੂੰ ਪਿੰਡੋਂ ਨਾ ਜੀ ਹੋ ਗਈ, ਹੁਣ ਜੋ ਮਰਜ਼ੀ ਕੋਈ ਆ ਕੇ ਮੈਂ ਆਪਣੀ ਮਾਂ ਕੋਲ ਮਾਫ਼ੀ ਮੰਗਣੀ ਹੈ। ਦਰਅਸਲ ਮੇਰਾ ਦਿਲ ਟੁੱਟ ਗਿਆ, ਦਿਲ ਟੁੱਟੇ ਸੀ ਨਾਲ ਲੱਤਾਂ ਵੀ ਤੋੜੀਆਂ ਉਹਨਾਂ। ਚੱਲ ਮੈਨੂੰ ਚੱਲ ਕੇ ਕਿਚਨ ਦੇ ਵਿੱਚ ਚੌਖੀ ਰੋਟੀ ਖਵਾ, ਨਾਲੇ ਮੈਂ ਬੇਬੇ ਨੂੰ ਵੀ ਰੋਟੀ ਖਵਾਉਣੀ। ਸ਼ਬਨਮ ਕਿੱਥੇ ਰਹਿ ਗਈ ਹੈ? ਸ਼ਬਨਮ ਕੋਈ ਪਤਾ ਨਹੀਂ ਲੱਗ ਰਿਹਾ। ਹਾਂ ਮੈਂ ਤੇਰਾ ਖਾਵਾਂ ਨਾ ਸ਼ਬਨਮ, ਲੜਕੇ ਮਾਪਿਆਂ ਦੇ ਘਰ ਨਹੀਂ ਬੈਠੀ ਦਾ, ਮੈਂ ਤਾਂ ਲੈਣ ਆਇਆ। ਚੱਲ ਮੇਰੇ ਨਾਲ। ਤੁਹਾਡੀ ਮਾਂ ਨੇ ਮੈਨੂੰ ਲੜਕੇ ਘਰੋਂ ਕਰ ਦਿੱਤਾ ਸੀ। ਉਹ ਬੇਵਕੂਫੇ, ਉਹ ਮੇਰੀ ਮਾਂ ਦਾ ਕਸੂਰ ਨਹੀਂ ਸੀ, ਉਹ ਤੇਰੇ ਭਰਾਵਾਂ ਨੇ ਲੜਾਈ ਪਵਾਈ ਸੀ। ਤੂੰ ਇੱਥੇ ਨਾ ਰਹਿ, ਚੱਲ ਮੇਰੇ ਨਾਲ। ਮੈਂ ਆਪਣੇ ਭਰਾਵਾਂ ਦਾ ਮਾਂ ਤੋੜ ਕੇ ਨਹੀਂ ਜਾ ਸਕਦੀ। ਉਹ ਬੀਵੀਆਂ ਆਪਣੇ ਸੁਸਰਾਲ ਚੰਗੀਆਂ ਲੱਗਦੀਆਂ ਨੇ, ਮਾਪਿਆਂ ਦੇ ਘਰ ਨਹੀਂ ਚੰਗੀਆਂ ਲੱਗਦੀਆਂ। ਚੱਲ ਭੈਣਾ ਜਾ, ਚੱਲੀ ਜਾ, ਭਾਵੇਂ ਨੂੰ ਕੋਈ ਕੰਮ ਹੋਏਗਾ। ਇੱਕੋ ਹੀ ਸਾਲਾ ਚੰਗਾ ਜਿਹੜਾ ਤੇਰੀ ਫੇਵਰ ਕਰਦਾ। ਆ ਜਾ ਕੇ ਰੋਟੀਆਂ ਪਕਾ ਕੇ ਦੇ, ਉਹਨੂੰ ਬਿਸਤਰੇ ਕੱਢਕੇ ਦੇ, ਕੱਪੜੇ ਧੋ ਕੇ ਦੇ ਉਹਦੇ। ਬਿਲਕੁਲ, ਆਪ ਹੀ ਨਹਿਰ 'ਚ ਜਾ ਕੇ ਕੱਪੜੇ ਧੋ ਕੇ ਪੁਲ ਥੱਲੇ ਬਹਿ ਕੇ ਬਾਹਰ ਆ ਜਾਂਦਾ। ਸਹੀ ਕਹਿ ਰਿਹਾ, ਆਓ ਚੱਲੀਏ। ਆਓ ਅੰਮੀ ਨਾਲ ਚੱਲਾਂ। ਉਹ ਬੀਵੀ ਲੈ ਕੇ ਚੱਲਣਾ ਲੈ ਚੱਲੀਏ, ਕਹਿੰਦਾ ਨਾ ਚੱਲਿਆ। ਚੱਲ ਵੀ ਟੁਰ ਚੱਲੀਏ। ਯੂਸਫ ਤੇਰੀ ਇਸ ਕਾਰ ਚਾਂਦ ਦੀ ਚੁਰਤ ਕਿਵੇਂ ਹੋਈ ਹੈ? ਹੋਲੀ ਬੋਲ ਸਾਲਿਆ, ਆਪਣੀ ਬੀਵੀ ਨੂੰ ਲੈਣ ਆਇਆ ਵਾ। ਉਹ ਖੁਦ ਲੈ ਕੇ ਆਇਆ, ਬੀਵੀ ਨੂੰ ਲੈਣ ਹੀ ਆਇਆ ਤੇ ਫਿਰ ਅੱਜ ਲੈ ਹੀ ਜਾ। ਅੱਗੇ ਕਿਉਂ ਨਾ ਉੱਤੋਂ ਪੱਖਾ ਵੀ ਚੱਲਣ ਦੇ ਐਲਾਨ ਕੀਆ? ਕਾਹਦੀ ਗੱਲ ਕਰਾਂ, ਜਿਹਦੇ ਨਾਲ ਗੱਲ ਹੋਈ ਹੈ ਭੈਣ ਨੂੰ ਭੇਜੋ। ਤੇਰੇ ਕੋਲ ਇੱਕ ਜੀ ਵੀ ਨੀ ਵਧਿਆ। ਜੇ ਕੋਈ 6-7 ਮਹੀਨੇ ਰਹਿ ਦਿੰਦੇ ਤੇ ਜੀ ਨੂੰ ਜੀ ਹੋ ਜਾਣੀ ਸੀ। ਸੁਹਾਗ ਲਿਆ ਆਪਣੀ ਜਾਨ ਦੀ ਬਾਜ਼ੀ ਲਾ ਦਿੰਦੇ ਨੇ, ਪਰ ਤੂੰ ਕਿਹੋ ਜਿਹਾ ਭਰਾ ਹੈ ਕਿ ਮੇਰਾ ਕੱਲ ਛੱਡ ਦੇਣਾ ਚਾਹੁੰਦਾ? ਤੈਨੂੰ ਤੋੜਨਾ ਸੀ ਜ਼ਦਾਰ। ਇੱਕ ਗੱਲ ਮੇਰੀ ਯਾਦ ਰੱਖੀ ਬਈ, ਅੱਜ ਤੱਕ ਮੈਂ ਜਾ ਰਿਹਾ ਵਾਂ, ਲੇਕਿਨ ਹੁਣ ਜਿਸ ਵਾਰੀ ਇੱਥੇ ਆਵਾਂਗਾ ਆਪਣੀ ਬੀਵੀ ਕਿੱਥੋਂ ਲੈ ਕੇ ਜਾਵਾਂਗਾ? ਤੂੰ ਪਹਿਲਾਂ ਵੀ ਦੋ ਭੈਣਾਂ ਤਿੰਨ ਜੀ ਵੀ ਆਈਆਂ, ਆਪਣੇ ਸੜੋਂ ਭਾੜ ਲਾ ਮਾਮਾ, ਕੋ ਆਪਣਾ ਸੋਚੀਓ। ਆਪਣਾ ਸੋਚੀਏ, ਘਰਾਂ ਦਾ ਸੋਚ ਸੋਚ ਕੇ ਆਪਣਾ ਨਾ ਕਰਾਈਏ ਅਸੀਂ? ਛਾਤੀ ਵਹਾਈ, ਉਹਨੇ 20 ਰੁਪਈਏ ਦਿੱਤੇ, ਕਹਿੰਦਾ ਸ਼ਹਿਜ਼ਾਦੇ ਦੁੱਧ ਦੁੱਧ ਪੀਆ ਕਰ। ਸੱਦਿਆ ਕਿਸ ਦਿਨ ਹੀ ਉਸ ਬੰਦੇ ਨੇ? ਚੱਲ ਚੱਲ ਦੱਸ ਦੇਣਾ ਮਾਮਾ, ਉਹ ਹੀ ਤਰੀਕ ਉਹਨੂੰ ਨਾ ਦਿੱਤੀ ਹੋਵੇ। ਬੜਾ ਇਕੱਠੇ ਜਾ ਸ਼ਰਮਿੰਦੇ ਹੋ ਗਿਆ ਉਹ ਬਾਹਰ। ਇਸ ਪਤਾ ਹੀ ਨਹੀਂ ਇਸ ਲਾਂਚੀ ਦਾ, ਇਹ ਭਾਵੇਂ ਹੋ ਗਿਆ ਆਇਆ ਚੱਲੀਏ।
अकल कर थाइया तू भरा है मेरा मैं कदों कह रहा तेरी मां का खसम तू कहदा साई हो मरे मां दे नाल गुजार जाए हर बंदे नूं वेख के कहिंदा अम्मी अप्पू 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 अगो अम्मी कहिंदी बस कर पुत्तर हुंदे दूजा शापर भी भड़ के आया बंदा शापिंग करके ते आया ना खाली आए बाहरों चलो जाके देश दे उत्ते गंदे गंदे प्रोग्राम वे तू की समझे तू कला नहीं दुनिया पली सो पली हुई अंता मुलाजमीन आजा नौकरुन नौकरुन जलील उन कमीन उन कल्ला ही फिरी उन बाकी घर दे किथे उन कट बार उन किथों दुबई आए उन काई मजमा नहीं लगा उन एक मिनट आजा तेरी आजा कदो आजा कर पर आजा जलील उन कमीन उन आजा फिट्टी उन नहीं आजा पांडा सोप उन बाल्टी दी चुकी थी तू हाथ चुकी आजा आजा तेन परसों होना है मरहबा उन छेती बलाय पापे ते काबली मुंडे खुंडे ते पूंडी उन बाबे उन पूरा पूरा खखरुन और पूंडुन हाँ मैंने भी दो चार पूंड लड़े उन ऐसे ही मैं सुझाऊ हाजा जोड़ा जोड़ा अंता अंता जलील उन कमीन उन अंता हाजा ओए हाजा रामुन रामुन पहनुन अंधी उन पहनुन सोनी उन तकावी उन वाह तो ना हम क्यों मुस्सा करूं जो तेरा पनी ले ही हो लूडो खेड दे पहले दो मंजिला और तुन हाजा पुतले फ्लैट च कमरा मिले हाजा मेरी मंगेतरुन अच्छा हाजा तशरीफ उन कभी सुन शुक्र कल एक बंदा आया अखबार अरब तो मैनू कहना अंत बैतुल खला मैं क्या मैनू की पता हो जाए हाजा ये तो पहले टिकाऊ नकाब कर लै हम
ਨਾ ਹਮ ਕਿਉਂ ਨੇ ਸਾਲਾ ਹਮ ਬਗੈਰਤ ਨਾ ਹਮ ਬਣੇ ਹਮ ਬਨਵਾਈਆ ਹਮ ਮੇਰੀ ਹੋਣ ਵਾਲੀ ਪੀ ਵੀ ਹੁਣ ਗੱਲ ਨਾ ਹਮ ਓਪਨ ਹੋਣ ਅੱਛਾ ਨਾ ਓਪਨ ਅੱਬਾ ਜੀ ਕਹਿੰਦੇ ਸੀ ਰਹਿਮ ਰਹਿਮ ਆਪਣੇ ਸ਼ੌਕ ਵੇਖੋ ਮੇਰੀ ਸਿਹਤ ਵੇਖੋ ਰਹਿਮ ਮੈਂ ਤਾਂ ਕੜਾਲੀ ਪਿੱਛੋਂ ਗੱਲਾਂ ਨਹੀਂ ਖਿੱਚ ਸਕਦਾ ਲਾਂਤੀ ਆ ਉਹਨੇ ਸਿਹਤਾਂ ਵੇਖਣੀਆਂ ਹੁੰਦੀਆਂ ਤੇ ਦੁਬਈਓ ਇੱਥੇ ਆਉਂਦੀ ਹੋ ਬੇਵਕੂਫਾ ਕੌਣ ਅੰਤਾ ਅੰਤਾ ਭੈਣ ਹੁਣ ਮੇਰੀ ਹੁਣ ਤੇ ਆਪਣੀ ਵੀ ਸਮਝੀ ਹੁਣ ਪਾਕਿਸਤਾਨੀ ਨਾ ਭੈਣ ਖੋਚਲਨ ਖੋਚਲਨ ਮੀਸਨੇ ਹੁਣ ਪਾਕਿਸਤਾਨ ਬਗੈਰਤ ਮੇਰੀ ਮਗੇਤਰ ਨੂੰ ਟਰੱਕ ਥੱਲੇ ਕੁੱਤੀ ਆਈ ਹੁਣ ਅੰਤਾ ਟਰੱਕ ਥੱਲੇ ਕੁੱਤੀ ਨਹੀਂ ਆਈ ਹੁਣ ਕਸ਼ਮੀਰੀ ਥੱਲੇ ਮਰਾਸੀ ਆਈ ਹੁਣ ਤੇ ਉੱਠ ਜਾ ਹੁਣ ਕਸ਼ਮੀਰ ਦੇ ਕੇ ਉੱਠੇ ਨਾ ਇੱਥੇ ਜ਼ਲੀਲ ਹੋਣਾ ਆਏ ਹਾਜ਼ਾ ਆਂਡੇ ਦੇਣ ਵਾਲਾ ਰੇਛੁਨ ਹਾਜ਼ਾ ਮੇਰੀ ਮੰਗੇਤਰ ਹੁਣ ਮੇਰੀ ਮੰਗੇਤਰ ਹੁਣ ਹਾਜ਼ਾ ਚੋਂ ਨਿਕਲੀ ਹੁਣ ਹਾਜ਼ਾ ਜੋ ਬਣੇਗਾ ਨਗਦ ਦੇਈ ਹੈ ਉਧਰ ਹੋਈ ਹੁਣ ਹਾਜ਼ਾ ਨਗਦ ਦੇਈ ਹੁਣ ਅੱਗੇ ਹੋਈ ਹੁਣ ਹਾਜ਼ਾ ਭੈਣ ਹੁਣ ਹਾਜ਼ਾ ਭੈਣ ਹੁਣ ਦੁਬਈ ਨੂੰ ਆਇਆ ਹੁਣ ਆਪ ਤੇ ਤੂੰ ਚਵਲ ਜਿਹਾ ਬੰਦਾ ਭੈਣ ਰੀਝ ਨਾ ਪਾਲੀ ਹੋਈ ਅੱਲਾ ਦਾ ਮਾਲ ਹੈ ਕਦੀ ਫਖਰ ਨਹੀਂ ਕੀਤਾ ਹਾਜ਼ਾ ਸਿਤਾਰਤੁਨ ਹਾਜ਼ਾ ਸਿਤਾਰਤੁਨ ਹਾਜ਼ਾ ਚੰਤੁਨ ਹਾਜ਼ਾ ਕਾਮੋ ਕਿਉਂ ਚੜ ਕੇ ਪਹਿਲੀ ਤੇ ਅੜ ਗਿਆ ਹੁਣ ਹਾਜ਼ਾ ਚੰਤੁਨ ਹਾਜ਼ਾ ਚੰਤ ਹਾਜ਼ਾ ਚੰਨ ਨੂੰ ਗੋਡਾ ਲੱਗਾ ਤੁਹਾਨੂੰ ਹਾਜ਼ਾ ਨਾਲ ਆ ਕੇ ਜ਼ਲੀਲ ਕਰਦਾ ਉਹਨੂੰ ਹਾਜ਼ਾ ਸਾਲਾ ਉਹਨ ਬੇਇੱਜ਼ਤੀ ਉਹਨ ਹਾਜ਼ਾ ਹੀ ਹਾਜ਼ਾ ਓਏ ਹਾਜ਼ਾ ਔਰ ਮੈਨੂੰ ਈਦ ਕੱਢਣ ਦੇ ਨਹੀਂ ਜਾਂ ਕਿ ਨਹੀਂ ਈਦ ਰੋਜ਼ੇ ਕੱਢੇਗਾ ਤੇ ਈਦ ਤੱਕ ਜਾਏਗਾ ਹਾਜ਼ਾ ਓ ਡੱਕੋ ਬੱਤਰ ਸੀਟਰ ਨੂੰ ਹਾਜ਼ਾ ਮੂੰਹ ਦਿਖਾਉਂਦਾ ਤੂੰ Why?